ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਾਰਦਾ ਸਵਾਗਤ ਹੈ ਸੋ ਗੱਲ ਕਰਦੇ ਅੱਜ ਆਪਾਂ 12 ਮਈ ਦੁਪਹਿਰ ਦੇ ਮੌਸਮ ਦੀ ਕਿ ਅੱਜ ਦੁਪਹਿਰ ਲਗਭਗ 12 ਵਜੇ ਤੋਂ ਬਾਅਦ ਆਉਣ ਵਾਲੇ 3-4 ਘੰਟਿਆਂ ਤੱਕ ਪੰਜਾਬ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਤੇ ਬੱਦਲਬਾਜ਼ੀ ਤੇ ਹਨੇਰੀ ਜਾਂ ਤੇਜ਼ ਹਵਾਵਾਂ ਚੱਲਣ ਦੇ ਅਸਰ ਨੇ ਹੁਣ ਜਿਵੇਂ ਕਿ ਆਪਾਂ ਪਤਾ ਜਿਹੜੀ ਸੈਟਲਾਈਟ ਤਸਵੀਰ ਦੇਖ ਰਹੇ ਹੁਣ ਦੀ ਦੁਪਹਿਰ ਤਾਂ ਇਸ ਦੇ ਵੀ ਦੇਖ ਸਕਦੇ ਹਾਂ ਕਿ ਬੱਦਲਬਾਈਆ ਪੰਜਾਬ ਦੇ ਲਗਭਗ 70 ਤੋਂ ਲੈ ਕੇ 80% ਇਲਾਕਿਆਂ ਵਿੱਚ ਬਣੀ ਹੋਈ ਹੈ ਪਰ ਇਸ ਦੇ ਨਾਲ ਹਲਕ ਕਈ ਇਲਾਕੇ ਜਿਹਾ ਵੀ ਨੇ ਜਿਨ੍ਹਾਂ ਦੇ ਵਿੱਚ ਧੁੱਪ ਦੇਖਣ ਨੂੰ ਮਿਲ ਰਹੀ ਹੈ ਜੇਕਰ ਬੱਦਲਬਾਈ ਦੀ ਗੱਲ ਕਰੀ ਤਾਂ ਫਾਜ਼ਿਲਕਾ ਤੋਂ ਲੈ ਕੇ ਮੁਕਸਰ ਸਾਹਿਬ ਹੋ ਗਿਆ ਕੁਝ ਬਠਿੰਡੇ ਦੇ ਭਾਗ ਫਰੀਦਕੋਟ ਤੋਂ ਲੈ ਕੇ ਫਿਰੋਜ਼ਪੁਰ ਮੋਗਾ ਜਲੰਧਰ ਤੇ ਲੁਧਿਆਣਾ ਤੇ ਨਾਲ ਪਟਿਆਲੇ ਦੇ ਭਾਗ ਸੰਗਰੂਰ ਜ਼ਿਲ੍ਹੇ ਦੇ ਭਾਗ ਇਸ ਤੋਂ ਇਲਾਵਾ ਅਮਰਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਐਸਬੀਐਸ ਨਗਰ ਤੋਂ ਲੈ ਕੇ ਚੰਡੀਗੜ੍ਹ ਮੁਹਾਲੀ ਤੱਕ ਜਿਹੜੇ ਸਾਰੇ ਇਲਾਕੇ ਨੇ ਬੱਦਲਵਈ ਦੇ ਹੇਠ ਆਏ ਹੋਏ ਨੇ ਤੇ ਹੁਣ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਇੰਨਾ ਜਿਹੜੇ ਆਪਾਂ ਇਲਾਕੇ ਦੇ ਸੰ ਬਦਲ ਵਾਈਏ ਇਹਨਾਂ ਦੇ ਵਿੱਚ ਕਿਣਮਣ ਜਾਂ ਹਲਕੀ ਬੂੰਦਾਬੰਦੀ ਦਾ ਜ਼ਿਆਦਾਤਰ ਹਿੱਸੇ ਦੇ ਵਿੱਚ ਦੇਖਣ ਨੂੰ ਮਿਲਦੀ ਰਹੇਗੀ ਪਰ ਜਿਹੜੇ ਇਲਾਕੇ ਆ ਵਿੱਚ ਹਲਕੇ ਤੋਂ ਥੋੜੀ ਜਿਹਾ ਜ਼ਿਆਦਾ ਜਾਂ ਦਰਮਿਆਨੇ ਰੂਪ ਤੱਕ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਾਂ ਬੱਦਲਾਂ ਦੀ ਗਰਜ ਝਮਕ ਹੋ ਸਕਦੀ ਹੈ ਤੇ ਹਨੇਰੀ ਚੱਲ ਸਕਦੀ ਹੈ ਤਾਂ ਉਹਨਾਂ ਹਿੱਸਿਆਂ ਦੇ ਵਿੱਚ ਮੇਨ ਤੌਰ ਤੇ ਕੁਝ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਸ਼ਾਮਲ ਹੋਣਗੇ ਤੇ ਨਾਲ ਲੱਗਦੇ ਹੀ ਸੰਗਰੂਰ ਦੇ ਭਾਗ ਹੋ ਜਾਣਗੇ ਜਿਵੇਂ ਮਲੇਰਕੋਟਲਾ ਹੋ ਗਿਆ ਤੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਅਹਿਮਦਗੜ ਤੋਂ ਲੈ ਕੇ ਖੰਨਾ ਹੋ ਗਿਆ ਨਾਬਾ ਅਮਲੋ ਪਟਿਆਲਾ ਹੋ ਗਿਆ ਪਾਤਣਾ ਦਾ ਏਰੀਆ ਏਰੀਆ ਹੋ ਗਿਆ ਤੇ ਇਸ ਤੋਂ ਲਵਾ ਜੇਕਰ ਚੰਡੀਗੜ੍ਹ ਵੱਲ ਨੂੰ ਇਹਦੇ ਕਰੀਏ ਤਾਂ ਚੰਡੀਗੜ੍ਹ ਹੋਗਾ ਖੈੜ ਮੋਹਾਲੀ ਬੱਸੀ ਪਠਾਣਾ ਤੱਕ ਦੇ ਇਲਾਕੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਹੋ ਜਾਣਗੇ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਜਿਹੜਾ ਬੱਦਲੀ ਘਰ ਚਮਕ ਨਾਲ ਕੁਝ ਪਾਗਾਂ ਵਿੱਚ ਦਰਮਿਆਨੀਆਂ ਮੀਂਹ ਦੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਨਵਾਂ ਸ਼ਹਿਰ ਹੋ ਗਿਆ ਫਰਵਾੜਾ ਹੋ ਗਿਆ ਐਸਵੀਐਸ ਨਗਰ ਤੇ ਨੰਗਲ ਆਨੰਦਪੁਰ ਸਾਹਿਬ ਮਾਛੀਵੜ ਸਾਹਿਬ ਤਾਂ ਇਨ੍ਹਾਂ ਇਲਾਕਿਆਂ ਵਿੱਚ ਬੱਦਲ ਵਾਈ ਨਾਲ ਕੁਝ ਪਾਗਾਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੀ ਰੂਪ ਤੱਕ ਮੀਂਹ ਦੇਖਣ ਨੂੰ ਮਿਲੇਗਾ ਤੇ ਇਸ ਤੋਂ ਬਿਨਾ ਅਮਰਤਸਰ ਹੋ ਗਿਆ ਗੁਰਦਾਸਪੁਰ ਦੇ ਕੁਝ ਭਾਗ ਕਪੂਰਥਲੇ ਦੇ ਹੋਗੇ ਤੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਇਲਾਕੇ ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਵੀ ਕੁਝ ਭਾਗਾਂ ਦੇ ਵਿੱਚ ਦੁਪਹਿਰ ਦੇ 12 ਵਜੇ ਤੋਂ ਲੈ ਕੇ ਆਉਣ ਵਾਲੇ 2 ਤੋਂ 3 ਘੰਟਿਆਂ ਤੱਕ ਬੱਦਲੀ ਗਰਜ ਚਮਕ ਨਾਲ ਛਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੁਝ ਭਾਗ ਜਿਲੰਦਰ ਦੇ ਇਸ ਤੋਂ ਲਵਾ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਹੋ ਗਿਆ ਸ਼੍ਰੀ ਮੁਕਸਰ ਸਾਹਿਬ ਤੇ ਨਾਲ ਕੁਝ ਫਰੀਦਕੋਟ ਦੇ ਭਾਗ ਇਹਨਾਂ ਹਿੱਸਿਆਂ ਦੇ ਵਿੱਚ ਬੱਦਲ ਬਾਈ ਜਿਹੜੀ ਹਲਕੀ ਫੁਲਕੀ ਰਹੇਗੀ ਮੀਂਹ ਦੇ ਸਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਘੱਟ ਹੀ ਨਜ਼ਰ ਆ ਰਹੇ ਨੇ ਪਰ ਬਠਿੰਡੇ ਤੋਂ ਲੈ ਕੇ ਮਾਨਸੇ ਤੱਕ ਦੇ ਜਿਹੜੇ ਇਲਾਕੇ ਹੋਣਗੇ ਤਾਂ ਇਹਨਾਂ ਹਿੱਸਿਆਂ ਦੇ ਵਿੱਚ ਕੁਝ ਭਾਗਾਂ ਵਿੱਚ ਮੀਂਹ ਦਾ ਹਲਕੇ ਰੂਪ ਤੱਕ ਦੇਖਣ ਨੂੰ ਮਿਲ ਸਕਦਾ ਹੈ ਸੋ ਇਸ ਤੋਂ ਬਨਾ ਬਾਕੀ ਵੀ ਪੰਜਾਬ ਦੇ ਹੋਰ ਕੁਝ ਇਲਾਕੇ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਹੀ ਜਿਹੜੀਆਂ ਤੇਜ਼ ਹਨੇਰੀ ਦੀਆਂ ਹਵਾਵਾਂ ਨੇ ਉਹ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਿੱਦੇ ਜਿੰਨਾ ਆਪਾਂ ਚੰਗਣੀ ਬੱਦਲ ਵਾਈ ਦਰਸਾਈਆ ਤਾਂ ਉਹਨਾਂ ਹਿੱਸਿਆਂ ਵਿੱਚ ਤੇਜ਼ ਹਵਾਵਾਂ ਹਨੇਰੀ ਵੀ ਚੱਲ ਚੱਲਣ ਦੇ ਅਸਾਰ ਨੇੜੇ ਆਉਣ ਵਾਲੇ ਘੰਟਿਆਂ ਵਿੱਚ ਅੱਜ ਦੇਰ ਸ਼ਾਮ ਰਾਤ ਤੱਕ ਬਣ ਸਕਦੇ ਨੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਮੌਸਮ ਦੀ ਰਿਪੋਰਟ ਹੋਵੇਗੀ ਉਹ ਆਪਾਂ ਸ਼ਾਮ ਤੇ ਰਾਤ ਦੀ ਵੀਡੀਓ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਉਦੋਂ ਤੱਕ ਲਈ ਧੰਨਵਾਦ ਜੀ